ਸਤਰਕਾਲ ਪੀਐਨਸੀਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਉਸ ਤੁਹਾਨੂੰ ਜਾਣਕਾਰੀ ਲਗਾਤਾਰ ਦੇ ਰਹੇ ਹਾਂ ਪਹਿਲਾਂ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦਾ ਕਹਿਰ ਇੰਨਾ ਜ਼ਿਆਦਾ ਸੀ ਕਿ ਕਈ ਮੌਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਤਾਂ ਜਦੋਂ ਗਰਮੀ ਗਈ ਹੈ ਤਾਂ ਉਸ ਤੋਂ ਬਾਅਦ ਅੱਗਾਂ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਈ ਥਾਵਾਂ ਦੇ ਉੱਤੇ ਅੱਗ ਲੱਗਣ ਦੇ ਕਰਕੇ ਲੋਕਾਂ ਨੂੰ ਘਰ ਛੱਡਣੇ ਪਏ ਨੇ ਤੇ ਲਿਟਨ ਵਿਸਥਾ ਇਹ ਹੋਇਆ ਜਿੱਥੇ ਗਰਮੀ 49 ਡਿਗਰੀ ਤੱਕ ਦਾ ਤਾਪਮਨ ਪਹੁੰਚ ਗਿਆ ਸੀ ਕਿ ਸਾਰੇ ਰਿਕਾਰਡ ਟੁੱਟ ਗਏ ਸੀ ਤਾਂ ਉੱਥੇ ਅੱਗ ਲੱਗ ਗਈ ਅਗੈਨੀ ਭਿਆਨਕ ਸੀ ਕਿ 90 ਫੀਸਦੀ ਤੱਕ ਇਹ ਥਾਂ ਸੜ ਚੁੱਕੀ ਹੈ ਵੱਡੀ ਗਿਣਤੀ ਲੋਕ ਇੱਕਦਮ ਉਹਨਾਂ ਨੂੰ ਆਪਣੇ ਘਰਬਾਰ ਛੱਡਣੇ ਪਏ ਨੇ ਜਿਨ੍ਹਾਂ ਵੱਲੋਂ ਆਪਣੇ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿੰਨੇ ਕਿੰਨੇ ਸਾਲਾਂ ਤੋਂ ਉੱਥੇ ਰਹਿ ਰਹੇ ਸਨ ਤਾਂafi ਜ਼ਿਆਦਾ ਜੁੜੇ ਹੋਏ ਸੀ ਉਹ ਆਪਣੇ ਘਰਾਂ ਦੇ ਨਾਲ ਉਸ ਥਾਂ ਦੇ ਨਾਲ ਪਰ ਉਹਨਾਂ ਨੂੰ ਇੱਕਦਮ ਉਹ ਥਾਂ ਛੱਡਣੀ ਪਈ ਤੇ ਉਸ ਤੋਂ ਬਾਅਦ ਉਮੀਦ ਉਹ ਪ੍ਰਗਟਾ ਰਹੇ ਸੀ ਕਿ ਉਹਨਾਂ ਨੂੰ ਉਹ ਥਾਂ ਛੱਡਣੀ ਤਾਂ ਪੈ ਗਈ ਹੈ ਕਿ ਉਮੀਦ ਉਹ ਕਰ ਰਹੇ ਸੀ ਕਿ ਵਾਪਸ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਣਾ ਮਿਲ ਜਾਵੇ ਪਰ ਅਜੇ ਹੋਂ ਨਹੀਂ ਸਕਿਆ 90% ਤੱਕ ਇਹ ਛੋਟਾ ਜਿਹਾ ਇੱਕ ਪਿੰਡ ਹੈ ਜਿੱਥੇ ਢਾਈ 100 ਜਿਹੜਾ ਵਸਨੀਕ ਹੈ ਉਹ ਰਹਿੰਦੇ ਸਨ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਇਸ ਦੇ ਵਿੱਚ ਕੁਝ ਮੌਤਾਂ ਹੋਣ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਲਾਪਤਾ ਹੋਣ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਤੇ ਇਹਨਾਂ ਵਸਨੀਕਾਂ ਦੀ ਮਦਦ ਦੇ ਵਾਸਤੇ ਇਸ ਤਰੀਕ ਤੋਂ ਕੁਝ ਸੰਸਥਾਵਾਂ ਤੇ ਐਬਸਵਰਡ ਤੋਂ ਮਦਦ ਦੇ ਲਈ ਸਾਹਮਣੇ ਆ ਰਹੀਆਂ ਨੇ ਤੇ ਇਸੇ ਨੂੰ ਲੈ ਕੇ ਗੁਰੂ ਘਰਾਂ ਦੇ ਵਿੱਚ ਵੀ ਤੇ ਹੋਰ ਕਈ ਥਾਵਾਂ ਦੇ ਉੱਤੇ ਡੋਨੇਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਵਸਨੀਕਾਂ ਦੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਨੂੰ ਇੱਕਦਮ ਆਪਣੇ ਘਰ-ਬਾਰ ਛੱਡਣੇ ਪਏ ਨੇ ਉਸੇ ਨੂੰ ਲੈ ਕੇ ਅਸੀਂ ਗੁਰੂ ਨਾਨਕ ਸਿੱਖ ਗੁਰੂ ਘਰ ਦੇ ਵਿੱਚ ਪਹੁੰਚੇ ਹਾਂ ਸਰੀ ਡੈਲਟਾ ਦੇ ਵਿੱਚ ਜਿੱਥੇ ਕਿ ਇਸ ਗੁਰੂ ਘਰ ਦੇ ਵੱਲੋਂ ਕਿਸ ਤਰ੍ਹਾਂ ਮਦਦ ਦਿੱਤੀ ਜਾ ਰਹੀ ਹੈ ਤੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਦਾਨ ਕਰ ਸਕਦੇ ਹੋ ਉਹਨਾਂ ਦੀ ਮਦਦ ਕਰ ਸਕਦੇ ਹੋ ਉਸ ਦੇ ਬਾਰੇ ਜਾਣਕਾਰੀ ਦੱਸਾਂਗੇ ਕਿ ਆਖਿਰ ਕਦੋਂ ਤੱਕ ਇੱਥੇ ਤੁਸੀਂ ਡੋਨੇਸ਼ਨ ਜਿਹੜਾ ਵੀ ਦੇਣਾ ਹੈ ਉਹ ਪਹੁੰਚਾ ਸਕਦੇ ਹੋ ਉਸ ਦੇ ਬਾਰੇ ਵੀ ਜਾਣਕਾਰੀ ਦਵਾਂਗੇ ਇਸ ਬਾਰੇ ਗੁਰੂ ਘਰ ਤੋਂ ਪ੍ਰਬੰਧਕ ਜਿਹਨੇ ਇੱਕ ਉਹਨਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਮੈਂਬਰ ਨੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਸੁਣਾਉਨੇ ਆ ਤੇ ਫਿਰ ਜਿਹੜਾ ਡੋਨੇਸ਼ਨ ਦਿੱਤਾ ਜਾ ਰਿਹਾ ਸਭ ਤੋਂ ਪਹਿਲਾਂ ਇੱਥੋਂ ਸ਼ੁਰੂਆਤ ਕਰਿਓ ਕਿ ਕਿਹੜਾ ਕਿਹੜਾ ਸਮਾਨ ਹੈ ਜਿਹੜਾ ਤਾਨ ਕੀਤਾ ਜਾ ਸਕਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਲਿੰਟਨ ਵੈਲੀ ਦੇ ਵਿੱਚ ਜੋ ਕੱਲ ਫਾਇਰ ਦਾ ਦੁਰਘਟਨਾ ਹੋਈ ਆ ਉਹਦੇ ਲਈ ਸਾਰੇ ਹੀ ਮਾਨਵਤਾ ਦਾ ਜਿਹੜਾ ਭਲਾਈ ਦਾ ਸੰਦੇਸ਼ ਸਿੱਖ ਕੌਮ ਦੇ ਵੱਲੋਂ ਦਿੱਤਾ ਜਾਂਦਾ ਹਮੇਸ਼ਾ ਹੀ ਉਸ ਨੂੰ ਲੈ ਕੇ ਅਸੀਂ ਐਬਸਫੋਰਡ ਤੋਂ ਕੁਝ ਇੱਕ ਸਮਾਜਿਕ ਸੇਵੀ ਸੰਸਥਾਵਾਂ ਦੇ ਨਾਲ ਰਲ ਕੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਡੈਲਟਾ ਨੇ ਇਹ ਜੋ ਪ੍ਰੋਗਰਾਮ ਬਣਾਇਆ ਕਿ ਕੱਲ ਦੁਪਹਿਰੇ 12 ਵਜੇ ਤੱਕ ਸਾਡੇ ਕੋਲ ਜਿਹੜਾ ਸਮਾਨ ਉਹ ਸੁੱਕੀ ਰਸਤ ਜਿੰਨੀ ਵੀ ਵੱਧ ਤੋਂ ਵੱਧ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਜਿਹੜੇ ਆਪਣੇ ਸੀਰੀਅਲਸ ਕੈਨ ਫੂਡ ਜਾਂ ਹੋਰ ਜੂਸ ਪਾਣੀ ਇਸ ਤੋਂ ਇਲਾਵਾ ਉਹਨਾਂ ਦੇ ਰਹਿਣ ਵਾਸਤੇ ਕੁਝ ਜੇ ਬੈੱਡ ਸ਼ੀਟਸ ਜਾਂ ਕੋਈ ਕੰਬਲ ਵਗੈਰਾ ਕੁਝ ਵੀ ਇਸ ਜਿਹੜਾ ਸਮਾਨ ਉਹਦੇ ਵਿੱਚ ਦਿੱਤਾ ਜਾ ਸਕਦਾ ਹੈ ਤੇ ਫਿਰ ਕਿੱਥੇ ਤੇ ਕਦੋਂ ਪਹੁੰਚੂਗਾ ਕੱਲ 12 ਵਜੇ ਜਦੋਂ ਤੱਕ ਕੱਲ 12 ਵਜੇ ਤੱਕ ਅਸੀਂ ਸੰਗਤ ਨੂੰ ਅਪੀਲ ਵੱਖ-ਵੱਖ WhatsApp ਗਰੁੱਪਸ ਦੇ ਵਿੱਚ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਹੈ ਕੱਲ 12 ਵਜੇ ਤੱਕ ਜਦੋਂ ਸਾਡੇ ਕੋਲ ਸਮਾਨ ਪਹੁੰਚ ਜਾਊਗਾ ਉਸ ਤੋਂ ਬਾਅਦ ਟਰੱਕ ਦੇ ਥਰੂ ਅਸੀਂ ਜਿਹੜਾ ਉੱਥੇ ਲਿੰਟਨ ਵੈਲੀ ਲੈ ਕੇ ਜਾਵਾਂਗੇ ਜਿੱਥੇ ਵੀ ਗਵਰਨਮੈਂਟ ਨੇ ਉਹਨਾਂ ਦੇ ਲਈ ਕੈਂਪ ਵਗੈਰਾ ਕੀਤਾ ਹੋਇਆ ਉੱਥੇ ਸਮਾਨ ਪਹੁੰਚਾਇਆ ਜਾਊਗਾ ਤੇ ਇੱਕੋ ਵਾਰ ਹੋਣੀ ਹੈ ਇਹ ਮਦਦ ਜਾਂ ਫਿਰ ਉਸ ਤੋਂ ਬਾਅਦ ਵੀ ਜੇ ਕੋਈ ਚਾਹੁੰਦਾ ਹੋਵੇ ਅਜੇ ਅਸੀਂ ਸੈਕੰਡ ਟਾਈਮ ਲਈ ਕੋਈ ਪਲਾਨ ਨਹੀਂ ਕੀਤਾ ਪਰ ਜਦੋਂ ਵੀ ਸਾਨੂੰ ਉੱਥੋਂ ਕੋਈ ਇਨਫੋਰਮੇਸ਼ਨ ਜਦੋਂ ਕੱਲ ਨੂੰ ਜਾਵਾਂਗੇ ਸਾਨੂੰ ਕੁਝ ਹੋਰ ਇਨਫੋਰਮੇਸ਼ਨ ਮਿਲੂਗੀ ਉੱਥੇ ਕੀ ਡਿਮਾਂਡ ਹੈਗੀ ਹੈ ਉਹ ਦੇ ਅਕੋਰਡਿੰਗਲੀ ਅਸੀਂ ਅੱਗੋਂ ਪਲਾਨ ਕਰਾਂਗੇ ਜੀ ਤੇ ਫਿਰ ਜਿਹੜਾ ਡੋਨੇਸ਼ਨ ਆ ਰਿਹਾ ਉਸ ਦੇ ਵਿੱਚ ਜਿਵੇਂ ਦੇਖਿਆ ਜਾ ਸਕਦਾ ਸਭ ਤੋਂ ਜ਼ਿਆਦਾ ਫੂਡ ਆ ਰਿਹਾ ਹੈ ਤੇ ਫਿਰ ਉਸ ਤੋਂ ਇਲਾਵਾ ਜਿਹੜਾ ਹੋਰ ਜ਼ਰੂਰੀ ਸਮਾਨ ਹੈ ਉਹਦੇ ਬਾਰੇ ਇੱਕ ਵਾਰ ਦੱਸ ਦਿਓ ਵੀ ਉਹ ਵੀ ਦੇ ਸਕਦੇ ਹਾਂਜੀ ਅਸੀਂ ਅਪੀਲ ਕਰਾਂਗੇ ਕਿ ਮੋਸਟ ਲਾਈਕਲੀ ਸੰਗਤ ਦੇ ਵਿੱਚ ਡਰਾਈ ਫੂਡ ਹੀ ਜ਼ਿਆਦਾ ਲਿਆਂਦਾ ਜਾਂਦਾ ਹੈ ਉਹਦੇ ਨਾਲ ਨਾਲ ਉਹਨਾਂ ਦੇ ਲਈ ਜਿਹੜੇ ਜਿਸ ਤਰ੍ਹਾਂ ਡੇਲੀ ਰੁਟੀਨ ਦੀਆਂ ਜ਼ਰੂਰੀ ਚੀਜ਼ਾਂ ਨੇ ਜਿਸ ਤਰ੍ਹਾਂ ਸ਼ੈਂਪੂ ਹੈਗੇ ਨੇ ਬਾਥ ਸੋਪ ਹੈਗੇ ਨੇ ਜਾਂ ਟੂਥ ਬ੍ਰੈਸ਼ ਹੈਗੀਆਂ ਬ੍ਰਸ਼ਸ ਹੈਗੇ ਨੇ ਉਸ ਤੋਂ ਇਲਾਵਾ ਬਿਸਤਰੇ ਕੋਈ ਬਲੈਂਕਟ ਜਾਂ ਬੈੱਡ ਸ਼ੀਟਸ ਵਗੈਰਾ ਉਹ ਵੀ ਨਾਲ ਦਾਨ ਦਿੱਤੀਆਂ ਜਾ ਸਕਦੀਆਂ ਨੇ ਸੇਵਾ ਦੇ ਵਿੱਚ ਜੀ ਵਕਤ ਤੁਸੀਂ ਸੁਣਿਆ ਸਾਰੀ ਜਾਣਕਾਰੀ ਕਿਵੇਂ ਇਹ ਦਾਨ ਕੀਤਾ ਜਾ ਸਕਦਾ ਹੈ ਤੇ ਕਿਹੜੇ-ਕਿਹੜੀਆਂ ਚੀਜ਼ਾਂ ਕਦੋਂ ਤੱਕ ਤੁਸੀਂ ਇੱਥੇ ਪਹੁੰਚਾ ਸਕਦੇ ਹੋ ਇਸੇ ਨੂੰ ਲੈ ਕੇ ਜੇਕਰ ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ